ਤਾਂ ਦੱਸਦੇ ਕਿ ਮਾਤਾ ਦੇ ਦਰਸ਼ਨ ਕਰਕੇ ਆ ਰਹੇ ਪਰਿਵਾਰ ਦੇ ਨਾਲ ਵੱਡਾ ਹਾਦਸਾ ਹੋਇਆ, ਜਿੱਥੇ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਜਦਕਿ ਪਰਿਵਾਰਕ ਮੈਂਬਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਸਾਹਮਣੇ ਤੋਂ ਆ ਰਹੀ ਕਾਰ ਨੂੰ ਬਚਾਉਂਦੇ ਹੋਏ ਇਹ ਕਾਰ ਖੇਤਾਂ ਦੇ ਵਿੱਚ ਪਲਟ ਜਾਂਦੀ ਹੈ, ਜਿਸ ਕਾਰਨ ਮਹਿਲਾ ਦੀ ਮੌਤ ਹੋਈ ਹੈ ਤੇ ਉਸਦੇ ਪਤੀ ਅਤੇ ਚਾਚੀ ਨੂੰ ਗੰਭੀਰ ਸੱਟਾਂ ਲੱਗੀਆਂ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਤਾਂ ਦੱਸਦੇ ਕਿ ਮਾਮਲਾ ਗੋਹਾਨਾ ਦਾ ਹੈ, ਜਿੱਥੇ ਮਾਤਾ ਤੋਂ ਦਰਸ਼ਨ ਦੇ ਲਈ ਗਏ ਪਰਿਵਾਰ ਦੇ ਤਿੰਨ ਜੀ ਜਦ ਵਾਪਿਸ ਆ ਰਹੇ ਹੁੰਦੇ ਆ ਤਾਂ ਸਾਹਮਣੇ ਤੋਂ ਇਹਨਾਂ ਦੇ ਇੱਕ ਗੱਡੀ ਆਉਂਦੀ ਹੈ, ਤਾਂ ਗੱਡੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹਨਾਂ ਦੀ ਗੱਡੀ ਖੇਤਾਂ ਦੇ ਵਿੱਚ ਪਲਟ ਜਾਂਦੀ ਹੈ, ਜਿਸ ਕਾਰਨ ਮਹਿਲਾ ਦੀ ਮੌਤ ਹੋਈ ਹੈ, ਜਦਕਿ ਪਰਿਵਾਰਕ ਮੈਂਬਰ ਬਾਕੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਜਿਸ ਤੋਂ ਬਾਅਦ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਮੌਕੇ 'ਤੇ ਪਹੁੰਚਦੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਜਾਂਦਾ। ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਕਾਰ ਚੱਕਣਾ ਚੂਰ ਹੋ ਗਈ ਹੈ। ਤਾਂ ਵੱਡਾ ਹਾਦਸਾ ਹੋਇਆ, ਜਿੱਥੇ ਮਾਤਾ ਦੇ ਦਰਸ਼ਨ ਕਰਕੇ ਵਾਪਿਸ ਆ ਰਹੇ ਸੀ ਤਾਂ ਮਹਿਲਾ ਦੀ ਮੌਤ ਹੋ ਗਈ ਹੈ। ਇੱਕ ਫੈਮਿਲੀ ਦੀ ਇਹ ਸੀ, ਰਾਤ ਕੋ ਉਹ ਸੀ ਪਾਥਰੀ ਸੀ ਮਾਤਾ ਰਾਣੀ ਦਾ ਆਸ਼ੀਰਵਾਦ ਲੈ ਕੇ ਆਪਣੇ ਘਰ ਜਾ ਰਹੇ ਥੇ, ਰਾਸਤੇ ਮੇਂ ਗਾਡੀ ਵਾਲਾ ਆਇਆ, ਤੇਜ਼ ਰਫਤਾਰੀ ਸੇ ਚਲਾ ਰਿਹਾ ਥਾ, ਉਸਕੋ ਬਚਾਣੇ ਕੇ ਚੱਕਰ ਮੇਂ ਗਾਡੀ ਪਲਟ ਗਈ, ਇਸਮੇਂ ਇੱਕ ਮਹਿਲਾ ਕੀ ਮਰਤੂ ਹੋ ਗਈ ਹੈ, ਦੋ ਆਦਮੀ ਇੰਜਰਡ ਹੈ। ਹਮਾਰਾ ਯੋ ਇਨਵੈਸਟੀਗੇਸ਼ਨ ਆਫਿਸਰ ਪੀਜੀਆਈ ਖਾਨਪੁਰ ਨੂੰ ਕਾਰਵਾਈ ਕੀਤੀ। ਇਸਮੇਂ ਹੈ 28-30 ਕੇ ਕਰੀਬ ਉਮਰ ਹੈ ਇਸ ਮਹਿਲਾ ਕੀ, ਖਾਨਪੁਰ ਗਏ ਰਹਿਣ ਵਾਲੇ। ਹਾਂਜੀ, ਮਾਤਾ ਰਾਣੀ ਦਾ ਆਸ਼ੀਰਵਾਦ ਲੈ ਕੇ ਵਿਦ ਫੈਮਿਲੀ ਆ ਰਹੇ। ਕ੍ਰੇਟਾ ਗਾਡੀ। ਤਾਂ ਦੱਸਦੇ ਕਿ ਮਾਤਾ ਦੇ ਦਰਸ਼ਨ ਕਰਕੇ ਆ ਰਹੇ ਪਰਿਵਾਰ ਦੇ ਨਾਲ ਵੱਡਾ ਹਾਦਸਾ ਹੋਇਆ, ਜਿੱਥੇ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਜਦਕਿ ਪਰਿਵਾਰਕ ਮੈਂਬਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਸਾਹਮਣੇ ਤੋਂ ਆ ਰਹੀ ਕਾਰ ਨੂੰ ਬਚਾਉਂਦੇ ਹੋਏ ਇਹ ਕਾਰ ਖੇਤਾਂ ਦੇ ਵਿੱਚ ਪਲਟ ਜਾਂਦੀ ਹੈ, ਜਿਸ ਕਾਰਨ ਮਹਿਲਾ ਦੀ ਮੌਤ ਹੋਈ ਹੈ ਅਤੇ ਉਸਦੇ ਪਤੀ ਅਤੇ ਚਾਚੀ ਨੂੰ ਗੰਭੀਰ ਸੱਟਾਂ ਲੱਗੀਆਂ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਤਾਂ ਦੱਸਦੇ ਕਿ ਮਾਮਲਾ ਗੋਹਾਨਾ ਦਾ ਹੈ, ਜਿੱਥੇ ਮਾਤਾ ਤੋਂ ਦਰਸ਼ਨ ਦੇ ਲਈ ਗਏ ਪਰਿਵਾਰ ਦੇ ਤਿੰਨ ਜੀ ਜਦ ਵਾਪਿਸ ਆ ਰਹੇ ਹੁੰਦੇ ਆ ਤਾਂ ਸਾਹਮਣੇ ਤੋਂ ਇਹਨਾਂ ਦੇ ਇੱਕ ਗੱਡੀ ਆਉਂਦੀ ਹੈ, ਤਾਂ ਗੱਡੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹਨਾਂ ਦੀ ਗੱਡੀ ਖੇਤਾਂ ਦੇ ਵਿੱਚ ਪਲਟ ਜਾਂਦੀ ਹੈ, ਜਿਸ ਕਾਰਨ ਮਹਿਲਾ ਦੀ ਮੌਤ ਹੋਈ ਹੈ, ਜਦਕਿ ਪਰਿਵਾਰਕ ਮੈਂਬਰ ਬਾਕੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਜਿਸ ਤੋਂ ਬਾਅਦ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਮੌਕੇ 'ਤੇ ਪਹੁੰਚਦੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਜਾਂਦਾ। ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਕਾਰ ਚੱਕਣਾ ਚੂਰ ਹੋ ਗਈ ਹੈ। ਤਾਂ ਵੱਡਾ ਹਾਦਸਾ ਹੋਇਆ, ਜਿੱਥੇ ਮਾਤਾ ਦੇ ਦਰਸ਼ਨ ਕਰਕੇ ਵਾਪਿਸ ਆ ਰਹੇ ਸੀ ਤਾਂ ਮਹਿਲਾ ਦੀ ਮੌਤ ਹੋ ਗਈ ਹੈ। ਇੱਕ ਫੈਮਿਲੀ ਦੀ ਇਹ ਸੀ, ਰਾਤ ਕੋ ਉਹ ਸੀ ਪਾਥਰੀ ਸੀ ਮਾਤਾ ਰਾਣੀ ਦਾ ਆਸ਼ੀਰਵਾਦ ਲੈ ਕੇ ਆਪਣੇ ਘਰ ਜਾ ਰਹੇ ਥੇ, ਰਾਸਤੇ ਮੇਂ ਗਾਡੀ ਵਾਲਾ ਆਇਆ, ਤੇਜ਼ ਰਫਤਾਰੀ ਸੇ ਚਲਾ ਰਿਹਾ ਥਾ, ਉਸਕੋ ਬਚਾਣੇ ਕੇ ਚੱਕਰ ਮੇਂ ਗਾਡੀ ਪਲਟ ਗਈ, ਇਸਮੇਂ ਇੱਕ ਮਹਿਲਾ ਕੀ ਮਰਤੂ ਹੋ ਗਈ ਹੈ, ਦੋ ਆਦਮੀ ਇੰਜਰਡ ਹੈ। ਹਮਾਰਾ ਯੋ ਇਨਵੈਸਟੀਗੇਸ਼ਨ ਆਫਿਸਰ ਪੀਜੀਆਈ ਖਾਨਪੁਰ ਨੂੰ ਕਾਰਵਾਈ ਕੀਤੀ। ਇਸਮੇਂ ਹੈ 28-30 ਕੇ ਕਰੀਬ ਉਮਰ ਹੈ ਇਸ ਮਹਿਲਾ ਕੀ, ਖਾਨਪੁਰ ਗਏ ਰਹਿਣ ਵਾਲੇ। ਮਾਤਾ ਰਾਣੀ ਦਾ ਆਸ਼ੀਰਵਾਦ ਲੈ ਕੇ ਵਿਦ ਫੈਮਿਲੀ ਆ ਰਹੇ। ਕ੍ਰੇਟਾ ਗਾਡੀ ਸਰ।